ਆਪਣੇ ਪਹਿਲੇ ਸਰੂਪ ਵਾਹਿਗੁਰੂ ਸਤਿਗੁਰੂ
ਨਾਲ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਰਾਹੀਂ ਧਾਤਰੀ ਰਾਤ ਦੀ ਮਿਹਨਤ ਕੀਤੀ ਹੈ ਅਤੇ ਸਰਕਾਰ ਇਹ ਸਾਵਨ ਮਹਾਵਤ ਹੈ ਰਾਤੀਆਂ ਇਸ ਰਾਗ ਦੇ ਦੂਜੇ ਸੁਰਤਾਲ ਵਿੱਚ ਗਾਉਣ ਲਈ ਹੁਕਮ ਹੈ। ਗਰੀਬ ਰਿਵਾਜ ਨੇ ਸਭ ਤੋਂ ਸੰਖਿਪਤ ਮੰਗਲਾ ਚਰਨ ਜਾ ਰਿਹਾ ਹੈ ਗੁਰਬਾਣੀ ਦੇ ਵਿੱਚ ਇੱਕੋ ਓਕਾਰ ਸਤਿਗੁਰ ਪ੍ਰਸਾਦ ਸਾਰੀ ਬਾਣੀ ਸਾਧ ਸੰਗ ਇਸੇ ਮੰਗਲਾ ਚਰਨ ਦਾ ਪ੍ਰਵਾਦ ਹੈ। ਇਹ ਸੰਖੇਪ ਰੂਪ ਵਿੱਚ ਕਹਿਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੁੱਖ ਉਪਦੇਸ਼ ਕੀ ਹੈ ਇੱਕੋ ਓਕਾਰ ਸਤਿਗੁਰ ਪ੍ਰਸਾਦ ਇਹ ਕਲਗੀਧਰ ਮਹਾਰਾਜ ਜੀ ਦੇ ਵਚਨ ਹਨ। ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਭਨੀ ਥਾਈ ਪਸਰਿਆ ਹੋਇਆ ਹੈ ਸਭਨਾਂ ਨੂੰ ਜਿਸਨੇ ਧਾਰਨ ਕੀਤਾ ਹੈ ਜੋ ਵਾਹਿਗੁਰੂ ਅਕਾਲ ਪੁਰਖ ਸਦਾ ਕਾਲ ਵਸਤੂ ਤੋਂ ਪਰੇ ਹੈ ਐਸਾ ਵਾਹਿਗੁਰੂ ਸਿਰਫ ਕਹਿਣ ਮਾਤਰ ਨਹੀਂ ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਅੰਦਰ ਪ੍ਰਕਾਸ਼ਮਾਨ ਹੋ ਜਾਂਦਾ ਗੁਰੂ ਦੀ ਪ੍ਰਸੰਨਤਾ ਜਿਹਦੇ ਉੱਤੇ ਹੋ ਜਾਵੇ ਉਸ ਦੇ ਹਿਰਦੇ ਅੰਦਰ ਵੀ ਉਸ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ। ਸੋ ਰਹਾਉ ਦੇ ਵਚਨ ਸਨ ਹਿਕਮਤ ਹੁਕਮ ਨਾ ਪਾਇਆ ਜਾਏ ਕਿਉਂਕਿ ਸਾਚ ਮਿਲੋ ਮਿਲੀ ਮਾਏ ਇਹ ਸਵਾਲ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕੀਤਾ। ਹੁਕਮ ਤਾਂ ਕਹਿੰਦੇ ਨੇ ਸਿਆਣ ਕਰੋ ਹੁਕਮ ਧੱਕਾ ਜ਼ੋਰ ਜ਼ੋਰ ਨਾਲ ਸਿਆਣਪਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਇਸ ਤਰੀਕੇ ਨਾਲ ਹੁੰਦੀ ਰਾਵਣ ਕੋਲ ਕਹਿੰਦਾ ਹੁਕਮ ਸੀ ਨੱਖਾਂ ਦੇ ਹਿਸਾਬ ਨਾਲ ਫੌਜ ਸੀ ਅਤੇ ਇੰਨੀਆਂ ਤਾਕਤਾਂ ਸਨ ਅੱਗ ਪਾਣੀ ਵੀ ਵਧੀ ਫਿਰਦਾ ਸੀ ਸਮਾਂ ਵੀ ਵਧੀ ਫਿਰਦਾ ਸੀ ਕਿੰਨਾ ਸੋਨਾ ਉਹਨੇ ਇਕੱਠਾ ਕੀਤਾ ਸੀ ਪਰ ਮੂਰਖਤਾ ਦਾ ਫਲ ਉਸਨੇ ਗ੍ਰਹਿਣ ਕੀਤਾ ਦੁਨੀਆਂ ਦੀਆਂ ਸਭਾਵਾਂ ਦੇ ਵਿੱਚ ਦੁਨੀਆਂ ਦੇ ਗ੍ਰੰਥਾਂ ਦੇ ਵਿੱਚ ਕਿਉਂਕਿ ਸਾਜ ਮੇਰੋ ਮੇਰੀ ਮਾਂ ਹੈ। ਸੋ ਇਹ ਫਿਰ ਸੱਚ ਦੀ ਪ੍ਰਾਪਤੀ ਕਿਵੇਂ ਹੋਵੇ ਕਿਵੇਂ ਹੇ ਮੇਰੀ ਮਾਤਾ ਹੇ ਵਾਹਿਗੁਰੂ ਕਿਵੇਂ ਵਾ ਕਿਵੇਂ ਸੱਚ ਦੀ ਪ੍ਰਾਪਤੀ ਹੋਵੇ ਇਸੇ ਸਵਾਲ ਨੂੰ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਦਇਆ ਮਾਇਆ ਕਰਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਉਂ ਸਿਮਰੀ ਸਿਮਰਿਆ ਨਹੀਂ ਜਾਏ ਤਾਂ ਭੈਣ ਲਿਆਓ ਜੀਵਣਾ ਦਿੰਦਾ ਹੈ ਕਿਵੇਂ ਸਿਮਰਾਂ ਉਸ ਵਾਹਿਗੁਰੂ ਨੂੰ ਕਿਵੇਂ ਉਹਦੀ ਯਾਦ ਵਿੱਚ ਬੈਠਾਂ ਕਿਹੜੇ ਤਰੀਕੇ ਨਾਲ ਵਾਹਿਗੁਰੂ ਦੀ ਯਾਦ ਆਵੇ ਤਾਂ ਭੈਣ ਲਿਆਓ ਹਿਰਦਾ ਤਪਦਾ ਹੈ ਜੀਵਣਾ ਮਨ ਹੈ ਜਿਹੜਾ ਉਹ ਬਿਲਕਦਾ ਹੈ ਹਿਰਦਾ ਸ਼ਾਂਤ ਹੈ ਅਸ਼ਾਂਤ ਹੈ ਜਿਹੜਾ ਮਨ ਹੈ ਉਹ ਸੋਚਾਂ ਦੇ ਗਰਦਸ਼ ਦੇ ਵਿੱਚ ਪਿਆ ਪਿਆ ਹੈ ਕੀ ਕਰਾਂ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸੈ ਚੰਗਾ ਕਿਉਂ ਜਵਾਬ ਦਿੰਦੇ ਸਤਿਗੁਰੂ ਜੀ ਸਿਰਜ ਸਵਾਰੇ ਜਿਸ ਵਾਹਿਗੁਰੂ ਨੇ ਤੈਨੂੰ ਸਿਰਜਿਆ ਹੈ ਕਿਹੋ ਜਿਹੇ ਗੰਦੇ ਪਾਣੀ ਤੋਂ ਤੇਰੀ ਉਤਪਤੀ ਹੋਈ ਹੈ ਨਿੱਕੇ ਜਿਹੇ ਰੂਪ ਤੋਂ ਤੈਨੂੰ ਕਿੱਡਾ ਵੱਡਾ ਬਣਾ ਦਿੱਤਾ ਹੈ ਸਰੂਪ ਤੇਰਾ ਕਿੱਡਾ ਵਧਿਆ ਹੈ ਕਿਹੋ ਜਿਹੇ ਸਰੂਪ ਤੋਂ ਕਿਹੋ ਜਿਹੀ ਥਾਂ ਤੋਂ ਉਤਪਤੀ ਹੋਈ ਅਤੇ ਉਸ ਵਾਹਿਗੁਰੂ ਨੇ ਤੈਨੂੰ ਸਵਾਰਿਆ ਹੈ ਸਿਰਜਿਆ ਹੈ ਉਹ ਸੱਚੇ ਨੇ ਤਿਸ ਵਿਸਰਿਆ ਚੰਗਾ ਕਿਉਂ ਹੋ ਜੇ ਦੱਸ ਤੇਰੀ ਜ਼ਿੰਦਗੀ ਦੇ ਵਿੱਚ ਉਸ ਵਾਹਿਗੁਰੂ ਨੂੰ ਵਿਸਾਰ ਕੇ ਤੇਰੀ ਜ਼ਿੰਦਗੀ ਦੇ ਵਿੱਚ ਸਾਰਾ ਹੀ ਕੁਛ ਚੰਗਾ ਕਿਉਂ ਹੋ ਜਾਵੇ ਜਿਹਨੇ ਤੈਨੂੰ ਪੈਦਾ ਕੀਤਾ ਹੈ ਉਹਨੂੰ ਤੂੰ ਭੁੱਲ ਕੇ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਚਾਹੁੰਦਾ ਹੈ ਚੰਗਾ ਕਿਵੇਂ ਹੋ ਜਾਊ ਕੋਈ ਤਾਂ ਲੋੜ ਹੈ ਦਾਤ ਵਜਾਉਣੀਆਂ ਕਿੱਕਰ ਬੀਜਾ ਜੱਟ ਠੰਡਾ ਹੈ ਉਹਨੂੰ ਪਤਾਏਗਾ ਪਹਿਲਾਂ ਲੋੜ ਹੈ ਪੱਠ ਅਤੇ ਕਿੱਕਰਾਂ ਦੇ ਬੀਜ ਬੀਜ ਕੇ ਕੋਈ ਬਜਾਉਣ ਦੀਆਂ ਦਾਖਾਂ ਦੀ ਆਸ ਕਿਵੇਂ ਕਰ ਸਕਦਾ ਹੈ ਚੱਕੀ ਫਿਰੇ ਸੂਦ ਅਤੇ ਪਹਿਣ ਮਨੁੱਖ ਚਾਹੇ ਵੀ ਮੈਂ ਪੱਟਦੇ ਰੇਸ਼ਮ ਦੇ ਕੱਪੜੇ ਪਾ ਲਵਾਂ ਕਿਵੇਂ ਪਾ ਸਕਦਾ ਵਾਹਿਗੁਰੂ ਨੂੰ ਭੁੱਲ ਕੇ ਸੁੱਖ ਸਾਰਾ ਹੀ ਮੰਗਦਾ ਹੈ ਸਾਰਾ ਹੀ ਸੁੱਖ ਮੰਗਦਾ ਹੈ ਵਾਹਿਗੁਰੂ ਦਾ ਨਾ ਨਾਮ ਜਪਣਾ ਪਵੇ ਨਾ ਮੈਨੂੰ ਮਿਹਨਤ ਕਰਨੀ ਪਵੇ ਨਾ ਮੈਨੂੰ ਚੰਗਾ ਕੰਮ ਕਰਨਾ ਪਵੇ ਨਾ ਭਲਾ ਕੰਮ ਕਰਨਾ ਪਵੇ ਮੈਨੂੰ ਚੰਗੇ ਸਾਰਾ ਕੁਝ ਮਿਲ ਜਾਵੇ ਸੁੱਖ ਵੀ ਮੈਨੂੰ ਮਿਲ ਜਾਵੇ
ਜਾਣ, ਧਨ ਦੌਲਤ ਵੀ ਮਿਲ ਜਾਵੇ, ਧੀਆਂ ਪੁੱਤ ਵੀ ਮਿਲ ਜਾਣ। ਬਾਬਾ ਜੀ ਕਹਿੰਦੇ ਨੇ ਦਿਸ ਵਿਸਰਿਆ ਚੰਗਾ ਕਿਵੇਂ ਹੋਵੇ, ਉਸ ਨੂੰ ਵਿਸਾਰਿਆ ਜਿਵੇਂ ਤੇਰੀ ਜ਼ਿੰਦਗੀ ਦੇ ਵਿੱਚ ਚੰਗਾ ਹੀ ਜਾਵਾਂ, ਭਲਾ ਕਿਵੇਂ ਹੋ ਸਕਦਾ। ਸੋ ਅੱਗੇ ਦਇਆ ਕਰਦੇ ਹਨ, ਵੱਖਰ ਨਾਮ ਦੇਖੋ ਕੋਈ ਜਾਏ, ਨਾ ਕੋ ਚਾਖੇ ਨਾ ਕੋ ਖਾਏ, ਲੋਕ ਤੀਣੇ ਨਾ ਪਤ ਹੋਏ ਤਾਂ ਪਤ ਰਹਿ ਰੱਖਿਆ ਜਾ ਸੋ। ਵੱਖਰ ਨਾਮ ਨੂੰ ਦੇਖਣ ਜਾਵੇ ਕੋਈ, ਨਾ ਨਾਮ ਦਿਸਦਾ ਹੈ, ਨਾ ਚੱਖਣ ਨੂੰ ਇਹਦਾ ਸਵਾਦ ਮਿਲਦਾ ਸਾਨੂੰ, ਨਾ ਖਾਣ ਦਾ ਸਵਾਦ ਮਿਲਦਾ ਹੈ, ਕਿ ਉਹ ਬਾਜ਼ਾਰ ਦੀ ਚੀਜ਼ ਨਹੀਂ ਹੈ। ਲੋਕ ਤੀਣੇ ਨਾ ਪਤ ਹੋਏ, ਲੋਕ ਜਿੰਨੇ ਮਰਜ਼ੀ ਕਹੀ ਜਾਣ, ਨਾਮ ਐਸਾ ਹੈ, ਜਿੰਨਾ ਮਰਜ਼ੀ ਕੋਈ ਕਹੀ ਜਾਵੇ, ਪਰ ਜਿਸਦੇ ਹਿਰਦੇ ਤਾਂ ਨਾਮ ਵਸਿਆ, ਨਾਮ ਦਾ ਸਵਾਦ ਉਸੇ ਨੂੰ ਹੁੰਦਾ। ਕਹਿਣ ਦੇ ਨਾਲ ਪਤਾ ਨਹੀਂ ਲੱਗਦਾ ਹੈ, ਕਹਿਣ ਨਾਲ ਸਾਰੀ ਦੁਨੀਆ ਕਹੀ ਜਾਂਦੀ ਹੈ। ਤਾਂ ਪਤ ਰਹਿ ਰੱਖਾ ਜਾ ਸੋਏ, ਜੇ ਉਹ ਪਤ ਰੱਖਦਾ ਹੈ, ਜੇ ਉਹ ਇੱਜ਼ਤ ਰੱਖਦਾ ਹੈ, ਜੇ ਉਹ ਦਾਨ ਦਿੰਦਾ ਹੈ, ਨਦਰ ਕਰਦਾ ਹੈ, ਤਾਂ ਇਸ ਗੱਲ ਦੀ ਸੋਝੀ ਆਉਂਦੀ ਹੈ। ਜਹ ਦੇਖਾਂ ਤਾਂ ਰਹਿਆ ਸਮਾਜ, ਕੁਦ ਮਿਲ ਦੂਜੀ ਨਾ ਹੀ ਜਾਏ, ਜੇ ਕੋ ਕਰੇ ਕੀਤਾ ਕਿਆ ਹੋਏ, ਜਿਸ ਨੂੰ ਬਖਸ਼ਿਸ਼ ਸਾਚਾ ਸੋਏ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਾਹਿਬ ਸੰਤ ਜਿੰਨੀ ਬੁੱਧ ਹੈ, ਉਹਦੀ ਵਿਆਖਿਆ ਮੈਂ ਕਰ ਰਿਹਾ ਹਾਂ। ਮਹਾਰਾਜ ਦੀ ਬਾਣੀ ਖਰੀ ਕਠਿਨ ਹੈ, ਅਰਥ ਹਨ ਜਿਹੜੇ, ਭਾਵ ਹੈ ਗੁਰੂ ਪਾਤਸ਼ਾਹ ਆਪੇ ਜਾਣਦੇ ਹਨ। ਜਹ ਦੇਖਾਂ ਤਾਂ ਰਹਿਆ ਸਮਾਏ, ਜਿੱਥੇ ਮੈਂ ਵਾਹਿਗੁਰੂ ਨੂੰ ਦੇਖਦਾ ਹਾਂ, ਵਾਹਿਗੁਰੂ ਸਾਰੇ ਕਿਤੇ ਸਮਾਇਆ ਹੋਇਆ। ਤੁਦ ਮੈਂ ਦੂਜੀ ਨਾ ਹੀ ਜਾਏ, ਤਿੱਥੋਂ ਬਿਨਾਂ ਜਾਏ, ਕਹਿੰਦੇ ਨੇ ਥਾਂ ਨੂੰ, ਵਾਹਿਗੁਰੂ ਤੋਂ ਬਿਨਾਂ ਦੂਜੀ ਕੋਈ ਥਾਂ ਹੈ ਹੀ ਨਹੀਂ। ਕੋਈ ਵੀ ਚੀਜ਼ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋਈ, ਕਿਰਪਾ ਤੋਂ ਪੈਦਾ ਨਹੀਂ ਹੋਈ, ਸਾਰੇ ਕਿਤੇ ਉਹੀ ਵਰਤ ਰਿਹਾ ਹੈ। ਜੇ ਕੋ ਕਰੇ ਕੀਤਾ ਕਿਆ ਹੋਵੇ, ਜੇ ਕੋਈ ਕਹਿੰਦਾ ਹੈ ਵੀ ਮੈਂ ਕੰਮ ਕੀਤਾ ਹੈ, ਮੈਂ ਆਹ ਕਰਨ ਵਾਲਾ ਹਾਂ, ਉਹਦੇ ਕਰਨ ਨਾਲ ਕੁਛ ਵੀ ਨਹੀਂ ਹੋ ਸਕਦਾ। ਜਿਹੜੀ ਆਤਮਾ ਹੈ ਸਰੀਰ ਦੇ ਅੰਦਰ, ਉਹ ਜਦੋਂ ਖਿੱਚ ਲੈਂਦਾ ਤਾਂ ਸਰੀਰ ਕੁਛ ਵੀ ਨਹੀਂ ਕਰ ਸਕਦਾ ਹੈ। ਸੋ ਸਾਰੀ ਸੱਤਿਆ ਉਸੇ ਦੀ ਪਾਈ ਹੋਈ ਹੈ, ਜਿਸ ਨੂੰ ਬਖਸ਼ੇ ਸਾਚਾ ਸੋਵੇ, ਜਿਹਨੂੰ ਬਖਸ਼ ਦਿੰਦਾ ਹੈ ਉਸ ਗੱਲ ਦੀ, ਇਸ ਗੱਲ ਦੀ ਸਮਝ ਉਸ ਨੂੰ ਆਉਂਦੀ ਹੈ। ਅਤੇ ਅੱਗੇ ਅਖੀਰਲੇ ਪਦੇ ਵਿੱਚ ਸਤਿਗੁਰੂ ਜੀ ਦਇਆ ਕਰਦੇ ਨੇ, ਹੁਣ ਉੱਠ ਚੱਲਣਾ ਬਹੁਤ ਕਿਰਤਾਲ, ਕਿਆ ਹੁੰਦੇ ਸਨ ਗੁਣ ਨਹੀਂ ਨਾਲ, ਜੈਸੀ ਨਦਰ ਕਰੇ ਤੈਸਾ ਹੋਏ, ਬਿਨ ਨਦਰੀ ਨਾਨਕ ਨਹੀਂ ਹੋਏ। ਸੋ ਸਵਾਲ ਹੋਇਆ ਸੀ, ਹੁਕਮ ਪਾਇਆ ਜਾਏ ਕਿਉਂਕਰ ਸਾਜ ਮਿਲੋ ਮਿਲੀ ਵਾਰ, ਕਿਵੇਂ ਸੱਚ ਦੀ ਪ੍ਰਾਪਤੀ ਹੋਵੇ, ਕਿਵੇਂ ਸੱਚ ਮਨੁੱਖ ਦੇ ਹਿਰਦੇ ਅੰਦਰ ਵਸੇ। ਸੋ ਸਤਿਗੁਰੂ ਜੀ ਨੇ ਦਇਆ ਕੀਤੀ ਹੈ, ਹੁਣ ਉੱਠ ਚੱਲਣਾ ਬਹੁਤ ਕਿਰਤਾਲ। ਪਹਿਲਾਂ ਤਾਂ ਯਾਦ ਕਰਾਉਂਦੇ ਨੇ ਵੀ ਪਤਾ ਨਹੀਂ ਲੱਗਦਾ ਮਨੁੱਖ ਨੂੰ ਕਿ ਕਦੋਂ ਉੱਠ ਕੇ ਸੰਸਾਰ ਤੋਂ ਚਲੇ ਜਾਣਾ, ਬਹੁਤ ਕਿਹੜੇ ਸਮੇਂ 'ਤੇ, ਕਿਹੜੇ ਤਾਲ ਤੋਂ ਭਾਵ ਹੈ, ਕਿਹੜਾ ਜਿਹੜਾ ਹੈ ਸਮਾਂ ਹੈ, ਜਿਹੜਾ ਕਿਹੜੀ ਘੰਟੀ ਹੈ ਜਿਹਦੇ ਵਜਣ 'ਤੇ ਮਨੁੱਖ ਨੇ ਇਸ ਸੰਸਾਰ ਨੂੰ ਛੱਡ ਜਾਣਾ ਹੈ। ਭਾਵ ਅਨਿਸ਼ਚਿਤ ਹੈ ਮਨੁੱਖ ਦਾ ਸਮਾਂ, ਸਥਾਨ ਅਤੇ ਕਾਰਨ, ਜਿਸ ਅਨੁਸਾਰ ਇਸਨੇ ਸੰਸਾਰ ਤੋਂ ਉੱਠ ਕੇ ਚਲੇ ਜਾਣਾ, ਪਤਾ ਹੀ ਸਾਨੂੰ ਇਸ ਗੱਲ ਦਾ। ਕਿਆ ਉਹ ਦੇਸਾਂ ਗੁਣ ਨਹੀਂ ਨਾ, ਵਾਹਿਗੁਰੂ ਦੇ ਦਰ ਦੇ ਉੱਤੇ ਮੈਂ ਕਿਹੜੇ ਮੂੰਹ ਦੇ ਨਾਲ ਜਾਵਾਂਗਾ, ਮੇਰੇ ਅੰਦਰ ਗੁਣੇ ਨਹੀਂ ਕੋਈ, ਗੁਣ ਹੀ ਨਹੀਂ ਕੋਈ, ਵਾਹਿਗੁਰੂ ਦੇ ਦਰਬਾਰ ਦੇ ਵਿੱਚ ਕਿਹੜੇ ਮੂੰਹ ਦੇ ਨਾਲ ਜਾਵੇਗਾ। ਮੈਂ ਤਾਂ ਇੱਥੇ ਝਗੜੇ ਹੀ ਪਾਉਂਦਾ ਰਹਿੰਦਾ, ਮੈਂ ਤਾਂ ਇੱਥੇ ਝੂਠ ਜਿਹੜਾ ਸਾਰਾ ਕੰਮ ਉਹ ਕਰਦਾ ਰਹਿੰਦਾ ਹਾਂ, ਜਿਹੜੇ ਨਹੀਂ ਕਰਨ ਫੇਰ ਕਰਮ ਹਨ ਉਹ ਕੰਮ ਕਰਦਾ ਹੈ, ਵਾਹਿਗੁਰੂ ਦੇ ਦਰ 'ਤੇ ਕਿਵੇਂ ਜਾਵਾਂਗਾ। ਜੈਸੀ ਨਦਰ ਕਰੇ ਤੈਸਾ ਹੋਵੇ, ਜਿਹੋ ਜਿਹੀ ਮਨੁੱਖ ਦੇ ਉੱਤੇ ਉਹ ਨਦਰ ਕਰਦਾ ਹੈ, ਇਹੋ ਜਿਹਾ ਮਨੁੱਖ ਬਣ ਜਾਂਦਾ ਹੈ। ਜੇ ਗੁਰੂ ਦੀ ਨਜ਼ਰ ਦੇ ਵਿੱਚ ਆਉਂਦਾ ਹੈ, ਗੁਰੂ ਦੇ ਦਰਸ਼ਨ ਕਰਦਾ, ਬਾਣੀ ਕਰਦਾ, ਫਿਰ ਤਾਂ ਚੰਗਾ ਬਣੇਗਾ। ਜਦ ਗੁਰੂ ਦੀ ਨਜ਼ਰ ਦੇ ਵਿੱਚ ਆਉਂਦਾ ਹੀ ਨਹੀਂ, ਗੁਰੂ ਦੇ ਸਥਾਨ 'ਤੇ ਨਹੀਂ ਆਉਣਾ, ਗੁਰੂ ਪਿਆਰਿਆਂ ਦੇ ਦਰਸ਼ਨ ਨਹੀਂ ਕਰਨੇ, ਫਿਰ ਨਜ਼ਰ ਕਾਹਦੀ ਹੋਵੇਗੀ, ਨਜ਼ਰ ਹੋਵੇਗੀ ਭੈੜਿਆਂ ਦੀ, ਨਜ਼ਰ ਹੋਵੇਗੀ ਪਾਪੀਆਂ ਦੀ। ਸੋ ਜੈਸੇ ਕਰਮ ਕਰਦਾ, ਜੈਸਿਆਂ ਦੇ ਕੋਲ ਰਹਿੰਦਾ, ਵੈਸਾ ਵੈਸਾ ਬਣ ਜਾਣਾ। ਗੁਰੂ ਤਾਂ ਨਜ਼ਰ ਭਲੀ ਕਰਦਾ ਹੈ,
ਬਿਨ ਨਦਰੀ ਨਾਨਕ ਮਿਲ ਕੋਈ, ਬਿਨਾਂ ਨਦਰ ਤੋਂ ਬਿਨਾਂ ਉਹਦੀ ਬਖਸ਼ਿਸ਼ ਤੋਂ ਸੰਸਾਰ ਦੇ ਵਿੱਚ ਕੋਈ ਨਹੀਂ ਹੈ। ਜਿਹੋ ਜਿਹਾ ਹੀ ਨਦਰ ਕਰਦਾ ਇਹੋ ਜਿਹਾ ਹੋ ਜਾਂਦਾ। ਸੋ ਜਿਵੇਂ ਪੁੱਤਰ ਹੁੰਦੇ ਨੇ, ਚਾਰ ਪੁੱਤਰ ਨੇ, ਸਾਰੇ ਹੀ ਜੇ ਕਹਿਣੇ ਦੇ ਵਿੱਚ ਰਹਿਣ ਤਾਂ ਸਾਰਿਆਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਅਤੇ ਉਹ ਸਾਰਿਆਂ ਨੂੰ ਸੁੱਖ ਦਿੰਦਾ, ਸਾਰਿਆਂ ਨੂੰ ਜਾਇਦਾਦ ਵੰਡ ਕੇ ਦੇ ਦਿੰਦਾ। ਪਰ ਜੇ ਚਾਰਾਂ ਦੇ ਵਿੱਚੋਂ ਇੱਕ ਨਾਮ ਨੇ ਕਹਿਣਾ ਨਾਮ ਨੇ, ਰੋਟੀ ਪਾਣੀ ਤਾਂ ਉਹਨੂੰ ਵੀ ਮਿਲੀ ਜਾਣਾ ਹੈ, ਵਿਆਹ ਉਹਦਾ ਵੀ ਕਰ ਦੇਣਾ, ਪੁੱਤਰ ਧੀਆਂ ਉਹਦੇ ਵੀ ਹੋ ਜਾਂਦੇ ਨੇ, ਪਰ ਉਹਨੇ ਕਹਿਣਾ ਨਹੀਂ ਲੱਗਣਾ, ਉਹਨੇ ਦੁੱਖ ਪਾਉਣਾ, ਉਹਨੇ ਦੁੱਖ ਪਾਉਣਾ, ਉਹਨੇ ਕਲੇਸ਼ ਖੜੇ ਕਰਨੇ ਨੇ। ਪਿਤਾ ਉਹਦੇ ਵੱਲੋਂ ਸੁਖੀ ਨਹੀਂ, ਦੁਖੀ ਹੈ ਉਹਦੇ ਵੱਲੋਂ ਵੀ, ਪਰ ਕਿਉਂਕਿ ਖੂਨ ਹੈ, ਰੋਟੀ ਪਾਣੀ ਉਹਨੂੰ ਵੀ ਮਿਲ ਜਾਂਦੀ, ਜ਼ਿੰਦਗੀ ਉਹਦੇ ਵੀ ਕੱਢ ਜਾਂਦੀ ਹੈ। ਜ਼ਿੰਦਗੀ ਸਾਰਿਆਂ ਨੇ ਹੀ ਕੱਢ ਲੈਣੀ ਹੈ, ਨਦਰ ਸਾਰਿਆਂ 'ਤੇ, ਜਿੰਨਾ ਚਿਰ ਅਸੀਂ ਜਿਉਂਦੇ ਹਾਂ ਜ਼ਿੰਦਗੀ ਸਾਰਿਆਂ ਦੇ, ਸਾਰਿਆਂ ਦੇ ਉੱਤੇ ਹੀ ਉਹ ਕਿਰਪਾ ਕਰਦਾ ਹੈ, ਪਰ ਸੁੱਖ ਨਾਲ ਉਹਦੀ ਬੇਨਤੀ ਹੈ ਜਿਹੜਾ ਕਹਿੰਦੇ ਨਹੀਂ ਰਹਿੰਦਾ, ਜਿਹੜਾ ਦਇਆ ਮਾਇਆ ਦੇ ਵਿੱਚ ਰਹਿੰਦਾ। ਸੋ ਜਿਹੜਾ ਦਇਆ ਦੇ ਵਿੱਚ ਰਹਿੰਦਾ ਹੈ, ਜਿਹੜਾ ਹੁਕਮ ਦੇ ਵਿੱਚ ਰਹਿੰਦਾ ਹੈ, ਉਹਦੇ ਅੰਦਰ ਸਿਮਰਨ ਸ਼ੁਰੂ ਹੁੰਦਾ, ਉਹਦੇ ਅੰਦਰ ਯਾਦ ਸ਼ੁਰੂ ਹੁੰਦੀ। ਜਿਹੜਾ ਮੌਤ ਨੂੰ ਯਾਦ ਰੱਖਦਾ ਉਹਦੇ ਅੰਦਰ ਯਾਦ ਸ਼ੁਰੂ ਹੁੰਦੀ, ਜਿਹੜਾ ਗੁਣ ਆਪਣੇ ਅੰਦਰ ਪੈਦਾ ਕਰਦਾ ਉਹਦੇ ਅੰਦਰ ਸਿਮਰਨ ਸ਼ੁਰੂ ਹੁੰਦਾ। ਸੋ ਇਹ ਕਾਰਨ ਹੈ ਜਿਹਦੇ ਕਰਕੇ ਸਿਮਰਨ ਮਨੁੱਖ ਦੇ ਅੰਦਰ ਹੁੰਦਾ। ਗੁਣ ਪੈਦਾ ਕਰਨੇ ਹਨ, ਗੁਣ ਤਾਂ ਪੈਦਾ ਹੋਣਗੇ ਜੇ ਹੁਕਮ ਦੇ ਵਿੱਚ ਰਹਾਂਗੇ, ਕਿਹੜੇ ਹੋਣਗੇ ਹੁਕਮ ਨੂੰ ਮੰਨਾਂਗੇ, ਫਿਰ ਸਾਡੇ ਅੰਦਰ ਗੁਣ ਪੈਦਾ ਹੋਣਗੇ। ਗੁਣਾਂ ਦੇ ਵਿੱਚ ਗੁਣੀ ਸਮਾਇਆ ਹੈ, ਗੁਣ ਮੈਂ ਗੁਣੀ ਸਮਾ ਬਣਿਆ, ਜਿੰਨੇ ਗੁਣ ਹੋਣਗੇ ਮਨੁੱਖ ਦੇ ਅੰਦਰ ਉਹਨਾਂ ਦੇ ਵਿੱਚ ਗੁਣੀ ਵਾਹਿਗੁਰੂ ਸਮਾ ਜਾਂਦਾ। ਸੋ ਗੁਣ ਤਾਂ ਪੈਦਾ ਹੋਣਗੇ ਜੇ ਮਨੁੱਖ ਹੈ ਜਿਹੜਾ ਰਹਿਤ ਦੇ ਵਿੱਚ ਰਹੇਗਾ, ਜੇ ਮਰਿਆਦਾ ਦੇ ਵਿੱਚ ਰਹੇਗਾ। ਸਾਰੀ ਧਰਤੀ ਹੈ ਜਿਹੜੀ, ਅੱਗ ਪਾਣੀ ਧਰਤੀ ਆਕਾਸ਼, ਇਹ ਸਾਰੇ ਮਰਿਆਦਾ ਦੇ ਵਿੱਚ ਪੈਦਾ ਕੀਤੇ ਹਨ। ਤੁਸੀਂ ਅੰਦਾਜ਼ਾ ਲਾ ਲਓ ਜੇ ਸੂਰਜ ਨਾ ਚੜ੍ਹੇ ਧਰਤੀ ਦਾ ਕੀ ਹਾਲ ਹੋਵੇ। ਮਰਿਆਦਾ ਤੋੜ ਦੇਵੇ ਧਰਤੀ, ਧਰਤੀ ਜਿਹੜਾ ਹੈ ਫਲ ਬੂਟੇ ਪੈਦਾ ਨਾ ਕਰੇ, ਮਰਿਆਦਾ ਤੋੜ ਦੇਵੇ ਕੀ ਹਾਲ ਹੋਵੇਗਾ। ਪਾਣੀ ਮਰਿਆਦਾ ਤੋੜ ਦੇਵੇ, ਹੜ੍ਹ ਆ ਜਾਣ, ਸਮੁੰਦਰ ਉਹਦੇ ਹੁਕਮ 'ਚ ਬੰਨਿਆ ਹੋਇਆ, ਪੰਡ ਵਾਂਗਣ ਜੇ ਸਮੁੰਦਰ ਹੈ ਜਿਹੜਾ ਉਹ ਮਰਿਆਦਾ ਤੋੜ ਜਾਵੇ, ਸਾਰੇ ਸ਼ਹਿਰ ਹੜ੍ਹ ਜਾਣ। ਸੋ ਇਸੇ ਤਰੀਕੇ ਨਾਲ ਮਨੁੱਖ ਨੂੰ ਪੈਗੰਬਰ ਦਿੱਤੇ ਹਨ, ਗੁਰੂ ਪੀਰ ਦਿੱਤੇ ਹਨ, ਇਸ ਕਰਕੇ ਦਿੱਤੇ ਹਨ ਵੀ ਇਹ ਮਰਿਆਦਾ ਦੇ ਵਿੱਚ ਮਨੁੱਖਤਾ ਰਹੇ, ਤਾਂ ਕਿ ਇਹਦਾ ਜੀਵਨ ਸੁੱਖ ਨਾਲ ਬਤੀਤ ਹੋ ਜਾਵੇ। ਪਰ ਮਨੁੱਖ ਮਰਿਆਦਾ ਵਿੱਚ ਰਹਿੰਦਾ ਨਹੀਂ, ਦੁੱਖ ਆਪ ਸਰੀਰਦਾ। ਇਸ ਕਰਕੇ ਸਿਮਰਨ ਹੀ ਇਹਦੇ ਚਿੱਤ ਦੇ ਵਿੱਚ ਹੁੰਦਾ, ਜਦੋਂ ਸਿਮਰਨ ਕਰਦਾ ਦਇਆ ਕਰਦਾ, ਉਹ ਜਦੋਂ ਹੁਕਮ ਮੰਨਦਾ ਫਿਰ ਇਹਦੇ ਅੰਦਰ ਦਇਆ ਹੁੰਦੀ। ਸੋ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ ਹਨ, ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸੇ, ਸਤਿਗੁਰੂ ਇਸ ਉਪਦੇਸ਼ ਨੂੰ ਕਮਾਉਣ ਲਈ ਵਾਹਿਗੁਰੂ ਬਖਸ਼ੇ। ਸਾਡਾ ਜਿਹੜਾ ਅਕਾਲ ਦੇ ਸਾਧਨ, ਉਹ ਸਾਰੇ ਧਰਮਾਂ ਦੀ ਵਿਦਿਆ ਪੜ੍ਹਾਉਂਦਾ। ਮੈਂ ਬਾਈਬਲ ਵੀ ਪੜ੍ਹ ਲੈਂਦਾ, ਕੁਰਾਨ ਵੀ ਪੜ੍ਹ ਲੈਂਦਾ, ਗੀਤਾ ਵੀ ਪੜ੍ਹ ਲੈਂਦਾ। ਬਾਈਬਲ ਪੜ੍ਹਦੇ ਹੋਏ ਅਗਰ ਤੀਸਾ ਦਾ ਮੈਨੂੰ ਬਚਨ ਯਾਦ ਆਇਆ, ਕਹਿੰਦੇ ਨੇ ਸੱਤ ਜਿਹੜੇ ਕਰਮ ਨੇ ਨਾ, ਉਹਨਾਂ ਨੂੰ ਰੱਬ ਚੰਗੇ ਨਹੀਂ ਮੰਨਦਾ। ਦੇਖੋ ਸਾਰੇ ਧਰਮਾਂ ਦੇ ਵਿੱਚ ਕਿਹੋ ਜਿਹੀ ਸਾਂਝੀ ਬਾਬਤਾ ਹੈ। ਪਹਿਲੀ ਗੱਲ, ਜਿਹੜੇ ਬੰਦੇ ਦੇ ਅੰਦਰ ਜਿਹੜੀਆਂ ਅੱਖਾਂ ਦੇ ਵਿੱਚ ਹੰਕਾਰ ਹੈ ਉਹ ਰੱਬ ਨੂੰ ਨਹੀਂ ਚੰਗਾ ਲੱਗਦਾ, ਝੂਠ ਬੋਲਣ ਵਾਲੀ ਜੀਭ ਹੈ ਉਹ ਰੱਬ ਨੂੰ ਨਹੀਂ ਚੰਗੀ ਲੱਗਦੀ, ਨਿਰਦੋਸ਼ੀਆਂ ਦਾ ਕਤਲ ਕਰਨ ਵਾਲੇ ਹੱਥ ਨੇ ਜਿਹੜੇ, ਇਹ ਰੱਬ ਨੂੰ ਨਹੀਂ ਚੰਗੇ ਲੱਗਦੇ, ਪੈਰ ਜਿਹੜੇ ਪਾਪ ਕਰਨ ਨੂੰ ਨੱਠੇ ਜਾਂਦੇ ਉਹ ਰੱਬ ਨੂੰ ਨਹੀਂ ਚੰਗੇ ਲੱਗਦੇ, ਦਿਲ ਆ ਜਿਹੜਾ ਜਿਹਦੇ ਵਿੱਚ ਧੋਖਾ ਵਸਿਆ ਹੋਵੇ ਉਹ ਦਿਲ ਨਹੀਂ ਚੰਗਾ ਲੱਗਦਾ, ਝੂਠੀ ਗਵਾਹੀ ਦੇਣ ਵਾਲਾ ਰੱਬ ਨੂੰ ਨਹੀਂ ਚੰਗਾ ਲੱਗਦਾ, ਭਰਾਵਾਂ ਦੇ ਵਿੱਚ ਫੁੱਟ ਪਾਉਣ ਵਾਲਾ ਇਹ ਬੰਦਾ ਰੱਬ ਨੂੰ ਨਹੀਂ ਚੰਗਾ ਲੱਗਦਾ, ਇਹ ਸੱਤ ਕਰਮ ਨੇ ਜਿਹੜੇ ਰੱਬ ਨੂੰ ਚੰਗੇ ਨਹੀਂ ਲੱਗਦੇ। ਦੇਖੋ ਸਾਰੇ ਧਰਮਾਂ 'ਚ ਸਾਂਝੇ, ਜਿਹੜਾ ਬੰਦਾ ਇਹ ਕਰਦਾ ਉਹ ਰੱਬ ਦੀ ਰਹਿਮਤ ਕਿਵੇਂ ਪ੍ਰਾਪਤ ਕਰੇਗਾ। ਸੋ ਇਸ ਕਰਕੇ ਧਾਰਮਿਕ ਸਥਾਨ 'ਤੇ ਆਪਾਂ ਜਾਈਏ, ਇਹ ਗੱਲਾਂ ਸਾਨੂੰ ਬੰਨ ਕੇ
ਰੱਖਣੀਆਂ ਚਾਹੀਦੀਆਂ ਨੇ, ਪਾਪ ਦਾ ਸਦਾ ਬਚਣਾ ਚਾਹੀਦਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਰ ਅਚੇਤ ਪਾਪ ਤੇ ਨਾ, ਜੇ ਇਨਸਾਨ ਅਚੇਤਨ ਰੂਪ ਦੇ ਵਿੱਚ ਵੀ ਸੁਪਨੇ ਦੇ ਵਿੱਚ ਵੀ ਪਾਪ ਪਾਉਂਦਾ, ਉਹ ਸਤਿਗੁਰੂ ਮੇਰਾ ਕਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਾਪ ਪਵਿੱਤਰ ਆਪਾਂ ਨੇ ਉਪਦੇਸ਼ ਸੁਣਿਆ ਹੈ, ਸਾਡੇ ਹਿਰਦੇ ਅੰਦਰ ਵਸੇ। ਗੁਰੂ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਅਰਦਾਸ ਹੈ, ਗਰੀਬ ਨਿਵਾਜ ਇਸ ਉਪਦੇਸ਼ ਨੂੰ ਕਮਾਉਣ ਲਈ ਬਲਬੁੱਧ ਬਖਸ਼ਣ, ਦਰ ਆਇਆਂ ਦੀਆਂ ਸਭਨਾਂ ਦੀਆਂ ਹਾਲੀਆਂ ਪ੍ਰਵਾਨ ਕਰ, ਉਹਨਾਂ ਗਲਤੀਆਂ ਦੀ ਖਿਮਾ ਬਖਸ਼ਣੀ ਦੀ ਆਓ ਅਤੇ ਬੁਲਾ ਕੇ ਆਸਰਾ ਮੰਗੀਏ। ਗੁਰੂ ਚਰਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।